ਸਤਿਗੁਰ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੇ ਨਿਰਵਾਣ ਅਸਥਾਨ ਕੋਟੀਆ ਜ਼ਰੂਰ ਧਾਮ ਜ਼ਿਲ੍ਹਾ ਬਰਨਾਲਾ ਵਿਖੇ ਪ੍ਰਸਿੱਧ ਵਿੱਦਿਅਕ ਸੰਸਥਾ SBSP ਪਬਲਿਕ ਸਕੂਲ ਦੇ ਵਿਹੜੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਬ੍ਰਹਮਲੀਨ ਸਵਾਮੀ ਵਿਦਿਆਨੰਦ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸਕੂਲ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਹੋਏ ਸਮਾਰੋਹ ਮੌਕੇ ਮੌਜੂਦਾ ਗੱਦੀ ਨਸ਼ੀਨ ਸਵਾਮੀ ਅੰਮ੍ਰਿਤਾਨੰਦ ਜੀ ਮਹਾਰਾਜ ਅਤੇ ਉਹਨਾਂ ਦੇ ਉੱਤਰਾਧਿਕਾਰੀ ਸਵਾਮੀ ਅਨੰਤਾਨੰਦ ਜੀ ਮਹਾਰਾਜ ਨੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ। ਸਮਾਰੋਹ ਮੌਕੇ ਬੱਚਿਆਂ ਵੱਲੋਂ ਸ਼ਬਦ ਗਾਇਨ, ਸਕਿੱਟ ਆਈਟਮ, ਕੋਰੀਓਗ੍ਰਾਫੀ, ਗਿੱਧਾ ਅਤੇ ਭੰਗੜਾ ਆਈਟਮਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਦਾ ਆਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ। ਉਚੇਚੇ ਤੌਰ ਤੇ ਪੁੱਜੇ ਸੀਨੀਅਰ ਅਕਾਲੀ ਨੇਤਾ ਸੰਤ ਬਲਵੀਰ ਸਿੰਘ ਕੋਨਸ, ਸਟੇਟ ਅਵਾਰਡੀ ਸਰਦਾਰ ਭੋਲਾ ਸਿੰਘ ਬਿਰਕ, ਮਾਸਟਰ ਹਰਵੰਸ ਸਿੰਘ ਸ਼ੇਰਪੁਰ ਅਤੇ ਕਾਂਗਰਸੀ ਨੇਤਾ ਸਰਦਾਰ ਸੁਰਜੀਤ ਸਿੰਘ ਜਲੂਣ ਨੇ ਕਿਹਾ ਕਿ ਸਮੇਂ ਦੇ ਹਾਣੀ ਬਣਾਉਣ ਲਈ ਬੱਚਿਆਂ ਨੂੰ ਉਚੇਰੀ ਵਿੱਦਿਆ ਦੀ ਲੋੜ ਹੈ ਤੇ ਜੋ ਇਸ ਸਥਾਨ ਤੇ ਪੂਰੀ ਵਾਲੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਐਡੀ ਵੱਡੀ ਸ਼ਕਤੀ ਹੈ ਇਸ ਸਥਾਨ ਦੇ ਵਿੱਚ, ਜਿਸ ਦੇ ਗੱਦੀ ਨਸ਼ੀਨ ਸਵਾਮੀ ਅੰਮ੍ਰਿਤਾਨੰਦ ਜੀ ਨੇ ਪੂਰੀ ਵਾਲਿਆਂ ਦੀ ਕਿਰਪਾ ਐਡੀ ਵੱਡੀ ਹੈ, ਸਾਰੇ ਨਗਰ ਦੇ ਉੱਤੇ, ਸਾਰੇ ਸਮਾਜ ਦੇ ਉੱਤੇ ਐਡੀ ਕਿਰਪਾ ਕਿ ਕੋਈ ਵੀ ਵਿਅਕਤੀ ਜੋ ਇੱਥੇ ਕੋਈ ਪ੍ਰਾਰਥਨਾ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ। ਮੈਂ ਬੜੇ ਧਿਆਨ ਨਾਲ ਸੁਣੀ
कि बच्चों ने विद्या खेत्र दे विच वड्डियां पोजीशनां हासिल करके 100% रिजल्ट आया। खेडां दे खेत्र दे विच जिले दे विचों पंजाब दे विचों स्टेट दे विचों एक पोजीशनां प्राप्त कीतियां। ये सारे कासे पिछले पासे दे जो हत्थ है वो साडे अध्यापकां दा। जस्टिस कौल ने अपनी एक स्वय जीवनी दे विच लिखिया कि मेरे तीन बच्चे सन ते मैं तिना बच्चों नूं कदे ट्यूशन नहीं पढ़न लाया ते मैं अपने कदे बच्चे नूं सुबह सुते पे नूं नहीं उठाया ते सिर्फ मैं उठण तो बाद ही दसदा सी कि बेटा थोनू वड्डे होया नूं एक अजिहे थां छड्ड के आवांगा जिथे बहुत वधिया खेडां ने, जिथे बहुत वधिया गुरु ने, जिथे बहुत वधिया उस्ताद ने ते मेले वर्गा माहौल है। वो लिखदा कि जदों बच्चे वड्डे होए तो मैनू रोज़ कहण लग गए कि बापू मैनू कदों छड्ड के आवेंगा जिस गल दियां तू रोज़ सिफतां करदा। ते दूसरे पासे कहिंदा वो बच्चे अक्सर नलायक रह जांदे ने जिथे माता पिता उठण सार बच्चे नू कहिंदे ने कि कोई नहीं थोड़ा जिहा वड्डा हो जा तैनूं स्कूल छड्ड के आऊँगा। इलाके दे विच खेत्र दे विच पंजाब दे विच जां जिथों तक आपां गल्लां करिए मनुख जो तरक्की दे राह वल जांदा है वो विद्या तो बिना नहीं जा सकता। जिहदे कोल विद्या है तो वह ही तरक्कियां दीआं मल्लां मार सकता है। साडे पूजा योग ग्रंथा दे विच भी इस गल की बहुत उपमा की गई है। वो तो इतों तक लिख जाते हैं कहते विद्या तब लग पढ़ो जब लग घट महे प्राण तहां धनी पहुँचे नहीं जह पहुँचे विद्वान। पूज्य शख्सियतां अते पढ़ाई अते होर मुकाबलों विच अब्बर है बच्चों नूं यादगारी चिन्ह दे के सन्मान भी किया गया। ਅਖੀਰ ਸਾਡੇ ਰਿਪੋਰਟਰ ਗੌਰਵ ਕਕ ਸ਼ਿਰਪੁਰ ਨਾਲ ਗੱਲਬਾਤ ਕਰਦਿਆਂ ਸਵਾਮੀ ਅਮਰਤਾਨੰਦ ਜੀ ਮਹਾਰਾਜ ਅਤੇ ਸਵਾਮੀ ਅਨੰਤਾਨੰਦ ਜੀ ਮਹਾਰਾਜ ਨੇ ਆਪਣੇ ਵਿਚਾਰ ਰੱਖੇ। ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ ਪਬਲਿਕ ਹਾਈ ਸਕੂਲ ਜਲੂਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪੂਜੇ ਗੁਰੂ ਮਹਾਰਾਜਿਆਂ ਦੇ ਆਸ਼ੀਰਵਾਦ ਨਾਲ 22ਵਾਂ ਇਹ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਜੋ ਸਾਲ 'ਚ ਮੱਲਾਂ ਮਾਰੀਆਂ ਕਿਸੇ ਨੇ ਪੜ੍ਹਾਈ ਤੌਰ 'ਤੇ ਕਿਸੇ ਨੇ ਖੇਡਾਂ ਤੌਰ 'ਤੇ ਕਿਸੇ ਨੇ ਯੋਗਾ ਦੇ ਵਿੱਚ ਹਰ ਤਰ੍ਹਾਂ ਦੀਆਂ ਜਿਹਨੀ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਦੇਖ ਕੇ ਉਹਨਾਂ ਨੂੰ ਇਨਾਮ ਦਿੱਤੇ ਗਏ ਔਰ ਅੱਜ ਉਹਨਾਂ ਦਾ ਸੱਭਿਆਚਾਰਕ ਗਾਉਣ ਵਜਾਉਣ ਦਾ ਪ੍ਰੋਗਰਾਮ ਕੀਤਾ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਬੱਚਿਆਂ ਦੇ ਪੇਰੈਂਟਸ ਪਹੁੰਚੇ ਔਰ ਇਸ ਇਲਾਕੇ ਦੇ 5 ਸਰਪੰਚਾਂ ਤੋਂ ਇਲਾਵਾ ਲੀਡਰ ਸਾਹਿਬਾਨ ਪਹੁੰਚੇ ਜਿਨ੍ਹਾਂ ਨੇ ਆ ਕੇ ਹਾਜ਼ਰੀਆਂ ਲਵਾਈਆਂ। ਇਹ ਸਮਾਗਮ ਬਹੁਤ ਹੀ ਚੰਗੇ ਢੰਗ ਨਾਲ ਨੇਪਰੇ ਚੜ੍ਹਿਆ। ਸਕੂਲ ਦਾ ਜਿਹੜਾ ਪ੍ਰਬੰਧ ਹੈ ਉਹ ਇੱਕ ਐਜੂਕੇਸ਼ਨ ਕਮੇਟੀ, ਇੱਕ ਪ੍ਰਬੰਧਕ ਕਮੇਟੀ ਔਰ ਮਾਪਿਆਂ ਦੀ ਜੋ ਗਠਬੰਧਨ ਕਰਕੇ ਕਮੇਟੀਆਂ ਬਣਾਈਆਂ ਹੋਈਆਂ ਨੇ, ਇਹਨਾਂ ਸਾਰੀਆਂ ਕਮੇਟੀਆਂ ਦਾ ਸਹਿਯੋਗ ਔਰ ਇਹ ਸਕੂਲ ਦਾ ਸਟਾਫ ਜਿਹੜਾ ਹੈ ਬਹੁਤ ਹੀ ਲਾਇਕ ਸਟਾਫ ਹੋਣ ਕਰਕੇ ਇਹਨਾਂ ਨੇ ਸਾਰਾ ਪ੍ਰਬੰਧ ਅੱਛੀ ਤਰ੍ਹਾਂ ਕੀਤਾ।
ਬਹੁਤ ਧੰਨਵਾਦ ਦੇ ਪਾਤਰ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36301।